ਰੋਜ਼ਗਾਰ ਦੀ ਭਾਲ ਵਿੱਚ ਦੁਬਈ ਗਈ ਪੰਜਾਬਣ ਨੂੰ ਪੈਸਿਆਂ ਲਈ ਏਜੰਟ ਵੱਲੋਂ ਕੁਵੈਤ ਦੇ ਸ਼ੇਖ ਨੂੰ ਵੇਚ ਦਿੱਤਾ ਗਿਆ ਸੀ ਅਤੇ ਹੁਣ ਕਰੀਬ ਇੱਕ ਸਾਲ ਬਾਅਦ ਵੀਨਾ ਦੀ ਵਤਨ ਵਾਪਸੀ ਹੋਈ ਹੈ। ਗੁਰਦਾਸਪੁਰ ਦੇ ਕਸਬਾ ਧਾਲੀਵਾਲ ਦੀ ਰਹਿਣ ਵਾਲੀ ਵੀਨਾ ਬੇਦੀ ਨੇ ਵਤਨ ਵਾਪਸੀ ਤੋਂ ਬਾਅਦ ਆਪਣੇ ਨਾਲ ਵਾਪਰੀ ਹੱਡਬੀਤੀ ਸੁਣਾਈ। ਵੀਨਾ ਮੁਤਾਬਿਕ ਪੰਜਾਬ ਦਾ ਇੱਕ ਏਜੰਟ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਦੁਬਈ ਲੈ ਕੇ ਗਿਆ ਪਰ ਉਥੋਂ ਪੈਸਿਆਂ ਖਾਤਰ ਉਸ ਨੂੰ ਕੁਵੈਤ ਦੇ ਇੱਕ ਸ਼ੇਖ ਨੂੰ ਵੇਚ ਦਿੱਤਾ ਗਿਆ। ਵੀਨਾ ਨੇ ਕਿਹਾ ਕਿ ਨਾ ਹੀ ਉਸ ਨੂੰ ਕੰਮ ਕਰਨ ਦੇ ਪੈਸੇ ਦਿੱਤੇ ਜਾਂਦੇ ਸੀ ਤੇ ਨਾ ਹੀ ਖਾਣਾ। ਉਸ ਪਰਿਵਾਰ ਨੇ ਉਸ ਦਾ ਫੋਨ ਵੀ ਖੋਹ ਲਿਆ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਨਾਲ ਗੱਲ ਵੀ ਨਹੀਂ ਸੀ ਕਰਨ ਦਿੱਤੀ ਜਾਂਦੀ। ਜਿਸ ਤੋਂ ਬਾਅਦ ਵੀਨਾ ਦੇ ਪਰਿਵਾਰ ਨੇ ਪੰਜਾਬ ਵਿੱਚ ਪੰਜਾਬ ਦੀ ਲੀਗਲ ਸਰਵਿਸ ਅਥਾਰਟੀ ਨਾਲ ਸੰਪਰਕ ਕੀਤਾ। ਇਸ ਸੰਬੰਧੀ ਕਾਨੂੰਨੀ ਸੇਵਾਵਾਂ ਅਥਾਰਟੀ ਮੈਂਬਰ ਸਕੱਤਰ ਰੁਪਿੰਦਰਜੀਤ ਕੌਰ ਚਾਹਲ ਨੇ ਵੀ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਬਾਅਦ ਵਿੱਚ ਇੱਕ ਐਨਜੀਓ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਇੰਡੀਆ ਸਥਿਤ ਕੁਵੈਤ ਅੰਬੈਸੀ ਰਾਹੀਂ ਪੀੜਤ ਵੀਨਾ ਬੇਦੀ ਨਾਲ ਸੰਪਰਕ ਕੀਤਾ ਗਿਆ ਅਤੇ ਵੀਨਾ ਬੇਦੀ ਦੀ ਰਿਹਾਈ ਲਈ ਇਹ ਖਰਚਾ ਕਲੱਬ ਵੱਲੋਂ ਅੰਬੈਸੀ ਰਾਹੀਂ ਪਾਕਿਸਤਾਨੀ ਸੇਖ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਵੀਨਾ ਬੇਦੀ ਨੂੰ ਭਾਰਤ ਲਿਆਂਦਾ ਗਿਆ। ਤੁਸੀਂ ਵੀ ਸੁਣੋ ਵੀਨਾ ਬੇਦੀ ਦੇ ਮੂੰਹੋਂ ਵੀਨਾ ਦੀ ਹੱਡ ਬੀਤੀ। ਏਜੰਟ ਦੇ ਰਾਹੀਂ ਮੈਂ ਗਈ ਹਾਂ, ਮੈਨੂੰ ਕਿਹਾ ਗਿਆ ਸੀ ਵੀ ਤੈਨੂੰ ਘਰ ਦਾ ਕੰਮ ਵਾਸਤੇ ਜਾਂ ਬੱਚਿਆਂ ਨੂੰ ਸੰਭਾਲਣਾ ਹੈ। ਮੈਂ ਗਈ ਉੱਥੇ ਜਾ ਕੇ ਮੈਨੂੰ ਕੰਮ ਸਾਰਾ ਹੀ ਘਰ ਦਾ ਕੰਮ, ਤਿੰਨ ਬੱਚੇ ਹੀ, ਉਹਨਾਂ ਨੂੰ ਸੰਭਾਲਣਾ। ਫਿਰ ਉਸ ਤੋਂ ਬਾਅਦ ਮੈਨੂੰ ਰੋਟੀ ਵੀ ਖਾਣੇ ਨੂੰ ਨਹੀਂ ਦਿੰਦੇ ਹੈਗੇ। ਫਿਰ ਮੈਨੂੰ ਉਲਟਾ ਉੱਥੋਂ ਦੇ ਮਾਰਦੇ ਕੁੱਟਦੇ ਬਹੁਤ ਜ਼ਿਆਦਾ ਸੀ। ਨਾ ਮੈਨੂੰ ਘਰ ਫੋਨ ਕਰਨ, ਮੈਂ ਆਪਣਾ ਫੋਨ ਲੈ ਕੇ ਗਈ ਸੀ, ਜਾਂਦਿਆਂ ਮੇਰਾ ਫੋਨ ਵੀ ਉਹਨਾਂ ਨੇ ਖੋਹ ਲਿਆ ਸੀ। ਇੱਥੋਂ ਕਹਿ ਕੇ ਭੇਜਿਆ ਸੀ ਵੀ ਤੈਨੂੰ ਬੱਚਿਆਂ ਨੂੰ ਸੰਭਾਲਣਾ ਹੈ। ਮੈਂ ਗਈ ਪੂਰਾ ਘਰ ਦਾ ਕੰਮ, ਬੱਚਿਆਂ ਨੂੰ ਸੰਭਾਲਣਾ, ਮੇਰੇ ਨਾ ਘਰ ਮੈਨੂੰ ਫੋਨ ਕਰਨ ਦੇਣਾ, ਨਾ ਰੋਟੀ ਖਾਣ ਨੂੰ ਦੇਣੀ। ਮੈਨੂੰ ਪਤਾ ਚੱਲਿਆ ਜਦੋਂ ਮੇਰੇ ਪਤੀ ਇਸ ਤਰ੍ਹਾਂ ਹੋ ਗਏ ਆ, ਮੈਂ ਉਹਨਾਂ ਦੇ ਅੱਗੇ ਬਹੁਤ ਹੱਥ ਪੱਲਾ ਜੋੜਿਆ, ਮੈਨੂੰ ਜਾਣ ਦਿਉ, ਮੈਨੂੰ ਛੁੱਟੀ ਦੇ ਦਿਉ 10 ਦਿਨ ਦੀ, ਮੈਂ ਫਿਰ ਵਾਪਸ ਆ ਜਾਵਾਂਗੀ। ਫਿਰ ਵੀ ਉਹਨਾਂ ਨੇ ਕਿਹਾ ਵੀ ਲੱਖੋਂ ਦੁਨੀਆ ਰੋਜ਼ ਮਰਦੀ ਆ, ਫਿਰ ਕੀ ਹੋ ਗਿਆ, ਤੇਰਾ ਪਤੀ ਮਰ ਗਿਆ। ਅਤੇ ਏਜੰਟ ਨੇ ਵੇਚਿਆ ਸੀ ਨਾ, ਮੈਨੂੰ ਪਤਾ ਚੱਲਿਆ ਜਦੋਂ ਮੈਂ ਵਾਪਸ ਆਉਣਾ ਸੀ ਅਤੇ ਉਹਨਾਂ ਨੇ ਕੋਲ ਜਿਹੜੇ ਮੈਨੂੰ ਲੈ ਕੇ ਆਏ ਆ, ਉਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ। ਮੇਰੇ ਬੇਟੇ ਨੇ ਇੱਥੋਂ ਸਾਰਾ ਕੁਛ ਕੀਤਾ, ਮੈਂ ਵਾਪਸ ਆਈ ਹਾਂ। ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ, ਘੱਟ ਖਾ ਲਓ ਪਰ ਬਾਹਰ ਨਾ ਜਾਓ, ਆਪਣੇ ਪਰਿਵਾਰ ਵਿੱਚ, ਆਪਣੇ ਬੱਚਿਆਂ ਵਿੱਚ ਰਹੋ। ਮੇਰੇ ਮੰਮਾ ਨੂੰ ਗਏ ਨੂੰ 11 ਮਹੀਨੇ ਹੋ ਗਏ ਨੇ, ਤਾਂ ਉਹਨਾਂ ਨੂੰ ਬੁਲਾਉਣ ਵਾਸਤੇ ਬਹੁਤ ਕੀਤੀਆਂ ਸੀ, ਸਾਰਿਆਂ ਨੇ ਬਹੁਤ ਹੈਲਪ ਕੀਤੀ, ਜਿਨ੍ਹਾਂ ਨੇ ਦੁਆ ਵੀ ਕੀਤੀ ਉਹਨਾਂ ਨੇ ਵੀ ਪੂਰੀ ਹੈਲਪ ਕੀਤੀ ਹੈ। ਅਤੇ ਬਾਕੀ ਪੰਜਾਬ ਐਂਡ ਹਰਿਆਣਾ ਆਰ ਕੇ ਜੈਨ ਜੱਜਿਸ, ਉਹਨਾਂ ਦਾ ਬਹੁਤ ਬਹੁਤ ਥੈਂਕਸ। ਅਤੇ ਆਪਣੇ ਮੈਮ ਮਿਸਿਜ ਰੁਪਿੰਦਰਜੀਤ ਚਾਹਲ ਜੀ ਮੈਮ, ਉਹਨਾਂ ਦਾ ਬਹੁਤ ਬਹੁਤ ਥੈਂਕਸ ਕਿ ਉਹਨਾਂ ਨੇ ਬੁਲਾਉਣ 'ਚ ਪੂਰੀ ਹੈਲਪ ਕੀਤੀ ਹੈ। ਅਤੇ ਮੈਮ ਰਾਣਾ ਕਵਲਜੀਤ ਕੌਰ ਜੀ, ਉਹਨਾਂ ਦਾ ਵੀ ਪੂਰਾ ਥੈਂਕਸ ਆ ਕਿ ਕਿਉਂਕਿ ਉਹਨਾਂ ਨੇ ਨਾਲ ਚੱਲ ਕੇ ਸਾਰੀ ਹੈਲਪ ਕੀਤੀ ਹੈ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਥੈਂਕਸ ਕਰਦਾ। ਬੀਬੀ ਮਾਮਾ ਦੀ ਕੋਲ ਜਿਹੜੀ ਸੀ 11 ਮਹੀਨਿਆਂ 'ਚ 5-6 ਵਾਰੀ ਕੰਟੈਕਟ ਹੋਇਆ ਸੀ, ਮੈਂ ਪਹਿਲਾਂ ਵੀ ਦੱਸਿਆ ਸੀ ਇਹ, ਤਾਂ ਉਹਨਾਂ ਨੇ ਇੱਕੋ ਗੱਲ ਕਹਿੰਦੇ ਸੀ ਕਿ ਮੈਨੂੰ ਵਾਪਸ ਬੁਲਾ ਲਓ। ਤਾਂ ਜਦੋਂ ਉਹਨਾਂ ਦੇ ਦਿਨੋਂ ਮੇ ਬੀ ਟਾਈਮ ਲੰਘਦਾ ਗਿਆ, ਜਦੋਂ ਕੋਲ ਆਉਣੀ ਉਦੋਂ ਹੋਰ ਕਮਜ਼ੋਰ ਹੋਣਾ, ਤਾਂ ਤੁਹਾਨੂੰ ਪਤਾ ਲੱਗਾ ਕਿ ਇਹ ਜ਼ਿਆਦਾ ਪ੍ਰੋਬਲਮ ਵਿੱਚ ਨੇ। ਤਾਂ ਅਸੀਂ ਪੁੱਛਣਾ ਕਿ ਹੋਇਆ ਵਾ, ਅਤੇ ਮੰਮਾ ਦੇ ਲਾਗੇ ਕੋਈ ਇੱਕ ਟਰਾਂਸਲੇਟਰ ਪਾਇਆ ਹੁੰਦਾ ਸੀ ਉਹਨਾਂ ਨੇ, ਹੁਣ ਉਹਨਾਂ ਨੇ ਮੰਮਾ ਨੇ ਕਲੀਅਰ ਕੀਤਾ ਕਿ ਮੇਰੇ ਲਾਗੇ ਇੱਕ ਟਰਾਂਸਲੇਟਰ ਹੁੰਦਾ ਸੀ, ਉਹ ਜਿਹੜਾ ਕਿ ਪੰਜਾਬੀ 'ਚ ਸਮਝਾਉਂਦਾ ਸੀ, ਅਤੇ ਜੇ ਮੈਂ ਕੁਛ ਕਹਿੰਦੀ ਸੀ ਉਹ ਮੈਨੂੰ ਕੁੱਟ 'ਤੇ ਮਾਰਦੇ ਸੀ। ਉੱਥੇ ਐਨ ਜੀ ਓ ਆ ਰਨੇਕ ਸਿੰਘ ਰੰਧਾਵਾ, ਉਹਨਾਂ ਨੇ ਵੀ ਕੰਟੈਕਟ ਕੀਤਾ ਸੀ, ਬਾਕੀ ਉੱਥੋਂ ਦੀ ਅੰਬੈਸੀ ਨੇ ਵੀ ਕੰਟੈਕਟ ਕੀਤਾ ਸੀ, ਤਾਂ ਬਾਕੀ ਉਹਨਾਂ ਦਾ ਵੀ ਬਹੁਤ ਥੈਂਕਸ ਆ।
ਕਿ ਉਹਨਾਂ ਨੇ ਵਾਪਸ ਭੇਜਣ ਵਾਸਤੇ ਪੂਰੀ ਹੈਲਪ ਕੀਤੀ ਹੈ। ਉਹਨਾਂ 'ਤੇ ਮੀਨਸ ਵੀ ਕਾਰਵਾਈ ਤਾਂ ਨਹੀਂ, ਇਹੋ ਜਿਹੇ ਏਜੰਟ ਮਾਰ ਦੇਣੇ ਚਾਹੀਦੇ ਨੇ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਬਲ ਇੰਡੀਆ ਲਈ।